ਹਜੇ ਤੱਕ ਇੱਕੋ ਵੀ ਵਿੱਚ ਜਾਇਆ ਨਹੀਂ ਜਾਣ ਦਿਆ। ਉਹ ਉੱਥੋਂ ਤੁਰਦੇ ਆਏ ਆ ਵੇਖੋ ਆ ਪੂਰੀ ਮੌਂਟਰੀਅਲ ਦਾ ਨਾਮ ਹੀ ਮਾਊਂਟ ਰੋਇਲ ਤੋਂ ਪਿਆ ਵਾ। ਬਹੁਤ ਜਲਦੀ ਤੇਜ਼ ਆਵਾਜ਼ ਚੱਲਣ ਦੀ ਉਹ ਗੱਡੀ ਡੋਲਣ ਦੀ ਪੂਰੀ। ਆਪਾਂ ਇੱਥੇ ਜਾਣਾ ਵੀ ਆ ਆ ਚੀਜ਼ ਜਿਹੜੀ ਹੈ ਨਾ ਤੂੰ ਥੱਲੇ ਨਹੀਂ ਵੇਖਣਾ ਤੂੰ ਓਏ ਹਰ ਥੱਲੇ ਵੇ ਕੜੀ ਨੱਤਰਾਂ ਦੀ ਵੈਰੀਆਂ ਦਾ ਸਾਲ ਆ ਗਿਆ ਹੱਟ ਪਿੱਛੇ ਹੱਟ ਧਾਲੀ ਆਲ ਆ ਗਿਆ। ਬਹੁਤ ਸੋਹਣੀ ਜਗ੍ਹਾ ਛੋਟਾ ਜਿਹਾ ਪਿੰਡ ਸ਼ਹਿਰ ਇੱਥੇ ਆਵਾਂਗੇ ਆਪਾਂ ਫੇਰ ਹਨਾ ਜਿੱਤੇ ਜਾਣਾ 700 ਮੀਟਰ ਪਹਿਲਾਂ ਰਾਹ ਬੰਦ ਕਰਕੇ ਬੈਠੇ ਨੇ ਓਏ ਜ਼ੂਮ ਆਊਟ ਕਰੋ ਕੋਈ ਹੋਰ ਕੋਈ ਰਾਹ ਨਾ ਹੋਏ ਕਿਤੇ ਇੱਧਰ ਤੇ ਕੋਈ ਰਾਹ ਰੂਹ ਨਹੀਂ ਹੈਗਾ। ਲਓ ਜੀ ਫਾਈਨਲੀ ਆਪਾਂ ਨੂੰ ਰਾਹ ਲੱਭ ਚੁੱਕਿਆ ਹੈ ਤੇ ਆਪਾਂ ਪਹੁੰਚ ਰਹੇ ਹਾਂ। ਵੇਖੋ ਜਗ੍ਹਾ ਦਾ ਨਾਮ ਤੁਹਾਨੂੰ ਪਤਾ ਹੀ ਹੈ ਬੜਾ ਖਤਰਨਾਕ ਹੈ। ਇੱਥੇ ਹੁਣ ਅਸੀਂ ਲੋਕੇਸ਼ਨ ਤੇ ਪਹੁੰਚ ਚੁੱਕੇ ਹਾਂ ਪਹਿਲਾ ਰਾਹ ਬੰਦ ਸੀ ਫਿਰ ਇਹ ਦੂਜੇ ਬੰਨੋਂ ਦੀ ਘੁੰਮ ਕੇ ਆਏ ਹਾਂ ਮੇਨ ਰੋਡ ਥੜੀ ਮਾੜਾ ਜਿਹਾ ਅੱਗੇ ਆਏ ਤੇ ਫਿਰ ਸਾਨੂੰ ਰਾਹ ਮਿਲ ਗਿਆ। ਹੁਣ ਮੇਰੇ ਨਾਲ ਦੇ ਮੇਰੇ ਤੋਂ ਪਹਿਲਾਂ ਇੱਧਰ ਆ ਗਏ ਨੇ ਮੈਂ ਗੱਡੀ ਚੋਂ ਥੋੜਾ ਜਿਹਾ ਸਮਾਨ ਲੈਣ ਦੇ ਆਈ ਬੈਠੇ। ਅਸੀਂ ਸਾਈਕਲ ਦਾ ਪਤਾ ਕੀਤਾ ਪਰ ਕੁਝ ਸਮਝ ਨਹੀਂ ਆਇਆ ਪੌੜੀਆਂ ਚੜ੍ਹ ਕੇ ਉੱਪਰ ਗਏ ਨੇ ਸੋ ਮੈਨੂੰ ਗਿਵ ਮੀ ਟੂ ਜਾਓ ਜਾਓ ਜਾਓ। ਵਾਹ ਭਾਈ ਵਾਹ ਪੀਲਾ ਪੀਲਾ ਪਾਣੀ ਯਾਰ ਸਭ ਤੋਂ ਤਕੜੀ ਆ ਗੱਲ ਹੈ ਬੰਦਾ ਕੀ ਸਮਝੇ ਕੈਫੇ ਬਹੁਤ ਰੀਅਲ ਆ ਹੋ ਗਿਆ। ਚਲੋ ਉਹ ਸਾਈਨ ਤੋਂ ਵਾਸ਼ਰੂਮ ਦਾ ਆ ਗਿਆ ਆ ਪਤਾ ਨਹੀਂ ਕੀ ਕੀ ਯਾਰ ਉਹਦਾ ਕੰਮ ਹੈ ਆ ਲਿਖਿਆ ਜੀ ਤੁਸੀਂ ਇੱਥੇ ਹੋ ਤੁਸੀਂ ਇੱਥੇ ਹੋ ਤੇ ਆ ਪਹਿਲਾ ਨੰਬਰ ਇਧਰੋਂ ਐਨੂੰ ਹੀ ਜਾਣਾ ਕਹਿਣ ਡਿਆ ਆ ਹਾਈਕਿੰਗ ਆ ਪੈਦਲ ਤੇ ਅਸੀਂ ਆ ਬ੍ਰਿਜ ਥਾਣੀ ਜਾਣਾ ਤੁਰ ਕੇ ਚਲ ਆਪਾਂ ਇੱਧਰ ਚੱਲੀਏ ਲੈਟਸ ਗੋ ਦਿਸ ਸਾਈਡ ਇਧਰੋਂ ਦੀ ਨਾ ਬਹੁਤ ਸੋਹਣੀ ਜਗ੍ਹਾ ਬਹੁਤ ਸੋਹਣੀ ਜਗ੍ਹਾ ਬਹੁਤ ਸੋਹਣੀ ਜਗ੍ਹਾ ਸਾਡੇ ਛੋਟੇ ਜਿਹੇ ਕਰੋ ਯਾਰ ਥੋੜਾ ਨਹੀਂ ਓਏ ਮੈਨੂੰ ਨੀ ਆ ਗਿਆ ਤੂੰ ਕੱਲਾ ਹੀ ਖਾ ਲਾ ਕੋਈ ਟਿਕਟ ਵਾਲੇ ਨੀ ਹੈਗਾ ਇੱਥੇ ਯਾਰ ਬਹੁਤ ਸੋਹਣੀ ਜਗ੍ਹਾ ਆ ਵੇਖ ਲਓ ਤੁਸੀਂ ਬਾਅਦ ਚੁੱਕੋਗੇ ਮੈਨੂੰ ਦੱਸਿਆ ਨੀ ਆ ਵੇਖ ਲਓ ਆ ਜਾਣਾ ਜੇ ਵੇਖੋ ਪੌੜੀਆਂ ਹੀ ਪੌੜੀਆਂ ਇੱਥੋਂ ਵਿਊ ਕਹਿੰਦੇ ਵਧੀਆ ਦਿਖਦਾ ਹੈ ਹਾਲਾਂਕਿ ਸਟਾਰਟਿੰਗ ਹੀ ਆਪਣੀ ਘੈਂਟ ਹੋਈ ਆ ਸਾਰਾ ਯਾਰ ਘੈਂਟ ਬਣਾਇਆ ਮਤਲਬ ਆ ਛੋਟੇ ਛੋਟੇ ਵਿਲੇਜ ਟਾਈਪ ਨੇ ਲੇਕਿਨ ਘੈਂਟ ਬਣਾਏ ਨੇ ਇਹਨਾਂ ਨੇ ਉੱਤੇ ਦੇਖਿਆ ਹੁਣ ਆਪਾਂ ਇੱਥੇ ਜਾਣਾ ਵੀ ਆ ਆ ਚੀਜ਼ ਜਿਹੜੀ ਹੈ ਨਾ ਇਹ ਡਰੋਨ ਨਹੀਂ ਦੇਖ ਸਕਦੀ ਹੈ ਐਂਡ ਹਾਊ ਲੌਂਗ ਇਟ ਟੇਕਸ ਟੂ ਰੀਚ ਟੂ ਦ ਟਾਪ ਫਰਮ ਦ ਬਾਟਮ ਫਰਮ ਦ ਬਾਟਮ ਡਿਫਰੈਂਟ 25 ਮਿੰਟਸ ਐਂਡ ਦੈਨ 45 ਟੂ ਗੋ ਬੈਕ ਡਾਊਨ ਔਰ ਕੈਨ ਕਮ ਬੈਕ ਹੁਣ ਆਪਾਂ ਗੋੜੀ ਦੀ ਸਪੀਡ ਤੇ ਜਾਣਾ ਵਾ ਤੇ ਚਾਰਾਂ ਦੀ ਟਿਕਟ ਤੁਹਾਨੂੰ ਪਈ ਹੈ $142.57 ਦੀ ਮਤਲਬ ਮੋਟੀ ਮੋਟੀ $32-33 ਦੀ ਟਿਕਟ ਹੋ ਗਈ ਤੇ ਹੁਣ ਚੱਲੇ ਹਾਂ ਜੀ ਪੁਰਾਣੀ ਫੋਟੋ ਜਦੋਂ ਬਣਿਆ ਬੁਣਿਆ ਹੋਣਾ ਹੈ ਵਾਹ ਇੱਥੇ ਸਿਨੇਮਾ ਵੀ ਲਿਖਿਆ ਹੈ ਆ ਵੇਖੋ ਚੈੱਕ ਕਰੋ ਸੋਹਣਾ ਵਿਊ ਹੁਣ ਇੱਥੇ ਚੱਲੇ ਹਾਂ ਹੁਣ ਆਪਾਂ ਹੋਰ ਉੱਪਰ ਨੂੰ ਉੱਧਰ ਨੂੰ ਸਪੈਨਿਸ਼ ਲੇਸੇ ਪਰ ਇਹਨੇ ਨਾ ਹੱਥ ਲਾਲ ਲਾਲ ਕਰਤਾ ਜੇ ਇਹਨਾਂ ਨੇ ਨਾ ਛੋਟੇ ਛੋਟੇ ਪੁਆਇੰਟ ਬਣਾਏ ਨੇ 1 ਨੰਬਰ 2 ਨੰਬਰ ਇੱਦਾਂ ਲਿਖ ਲਿਖ ਕੇ 3 ਨੰਬਰ 4 ਨੰਬਰ 5 ਨੰਬਰ ਇੱਥੇ ਨਾ ਇੱਕ ਸ਼ੋਅ ਹੁੰਦਾ ਵਾ ਆ ਵੇਖੋ ਆ ਜਿਹੜੀ ਮਤਲਬ ਵਿਖਾਉਣ ਡੇ ਨੇ ਕੁੜੀ ਲਟਕਣ ਡੀ ਹੈ ਆ ਸ਼ੋਅ ਹੁੰਦਾ ਵਾ ਇੱਥੇ ਤੇ ਦੋ ਦੋ ਤਿੰਨ ਤਿੰਨ ਦਿਨਾਂ ਬਾਅਦ ਹੁੰਦਾ ਵਾ ਤੇ ਤੁਹਾਨੂੰ ਪਤਾ ਹੀ ਆਪਣੀ ਕਿਸਮਤ ਦਾ ਅੱਜ ਉਹ ਸ਼ੋਅ ਨਹੀਂ ਹੈਗਾ ਚਲ ਕੀ ਕਰ ਸਕਦੇ ਹਾਂ ਪਰ ਤੁਸੀਂ ਜਿੱਦਾਂ ਵੇਖਿਓ ਜ਼ਰੂਰ ਸ਼ੋਅ ਘੈਂਟ ਆ ਹੁਣ ਆਹ ਚੀਜ਼ ਚੱਕ ਰਹੇ ਹੋ ਯਾਰ ਇੱਕ ਵਾਰੀ
ਲਿਫਟ ਹੈਗੀ ਇੱਕਦਮ ਲਿਫਟ ਚ ਬਹਿ ਕੇ ਇੰਨੇ ਉੱਪਰ ਆ ਗਏ ਹਾਂ ਚੈੱਕ ਕੀਤਾ ਜਾਏ ਹੋ 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 ਇੱਥੇ ਨਾ ਸਾਈਕਲ ਵਗੈਰਾ ਮਿਲਦੇ ਨੇ ਰੈਂਟ 'ਤੇ ਅਤੇ ਜੇ ਇੱਕ ਬੰਦੇ ਨੇ ਲੈਣਾ ਹੈ ਉਹਦੇ $35 ਨੇ ਘੰਟੇ ਦੇ ਜੇ ਤੁਸੀਂ 2-4 ਘੰਟਿਆਂ ਲਈ ਲੈਣਾ ਵਾ ਜਾਂ ਦਿਨ ਲਈ ਲੈਣਾ ਉਹਦੇ ਅੱਡ ਅੱਡ ਪੈਕੇਜ ਅਤੇ ਇੱਥੇ ਤੁਸੀਂ ਟਰੈਕਿੰਗ ਕਰੋਗੇ ਨਾ ਸਾਈਕਲ ਦੇ ਬੈਟਰੀ ਵਾਲੇ ਨੇ ਮਤਲਬ ਆਪ ਨਹੀਂ ਚਲਾਉਣਾ ਪਊਗਾ ਅਤੇ ਉਹ ਕੰਮ ਘੈਂਟ ਹੀ ਕਹਿੰਦੇ ਬੜਾ ਵੱਡਾ ਟਰੈਕ ਹੈ ਇੱਥੇ ਜਿੱਥੋਂ ਨਵੀਆਂ ਚੀਜ਼ਾਂ ਆਉਂਦੀਆਂ ਰੀਵਰਸ ਨੇ ਵਿਊਜ਼ ਨੇ ਉਹ ਕਹਿੰਦੇ ਲੇਕਿਨ ਹੁਣ ਗੱਲ ਹੋਈ ਆ ਨਾ ਕਿ ਸਾਨੂੰ ਪਤਾ ਨਹੀਂ ਸੀ ਉਹ ਕਹਿੰਦੇ ਪੂਰਾ ਦਿਨ ਚਾਹੀਦਾ ਪੂਰਾ ਦਿਨ ਲਓ ਅਤੇ ਘੁੰਮੋ ਫਿਰੋ $100 $120 ਦੀ ਦੇ ਦੇਣਗੇ ਪੂਰੇ ਦਿਨ ਦੀ ਚਲੋ ਕੋਈ ਗੱਲ ਨਹੀਂ ਫਿਲਹਾਲ ਆਹ ਚੀਜ਼ ਵੇਹਨੇ ਆ ਓ ਫੋ ਆਹ ਇੱਧਰ ਨੂੰ ਕਿਉਂ ਬਣਾਇਆ ਭਲਾ ਇਹ ਇੱਧਰ ਨੂੰ ਇਸ ਲਈ ਬਣਾਇਆ ਅਰੇ ਇਹ ਤਾਂ ਬਹੁਤ ਉਹ ਆ ਜਾ ਵਾਪਸ ਆ ਜਾ ਕਰੰਟ ਵਾਲਾ ਨਾ ਨਾ ਹੋਏ ਅਰੇ ਉੱਦਾਂ ਹੀ ਬਣਾਇਆ ਮਤਲਬ ਐਂਟਰਟੇਨਿੰਗ ਪਰਪਸ ਲਈ ਜ਼ਿਆਦਾ ਹੱਥ ਨਾ ਲਾਓ ਕਿਤੇ ਕਰੰਟ ਛੱਡਿਆ ਹੋਏ ਸਾਡੇ ਵੇਖੋ ਚੱਕਰਾਂ 'ਚ ਜਿਹੜਾ ਪਿਆ ਉਹ ਉਲਝੇ ਆਈਏ ਪਵੀ ਜੀ ਸਾਰਾ ਲੱਕੜ ਦਾ ਬਣਾਇਆ ਜੇ ਇੰਨੀ ਉੱਚੀ ਹਾਈਟ ਤੇ ਆ ਚੈੱਕ ਕਰੋ ਮਤਲਬ ਕਾਫੀ ਉੱਚੀ ਹਾਈਟ ਤੇ ਦੇਖ ਨਹੀਂ ਰਿਹਾ ਵੇਖੋ ਨੇਰਾ ਨੇਰਾ ਪੈ ਰਿਹਾ ਤੇ ਉਹ ਉੱਥੇ ਆਪਾਂ ਜਾ ਰਹੇ ਹਾਂ ਮੰਜ਼ਿਲ ਆਪਣੀ ਕਾਫੀ ਦੂਰ ਏ ਸਾਹ ਚੜ ਰਿਹਾ ਜੋਰਾ ਸ਼ੋਰਾ ਨਾ ਪਰ ਯਾਰ ਆਹ ਮਾਹੌਲ ਬੜਾ ਘੈਂਟ ਯਾਰ ਆਹ ਮਤਲਬ ਬੜੀ ਘੈਂਟ ਚੀਜ਼ ਹੈ ਜਦੋਂ ਵੀ ਅਸੀਂ ਕਿਤੇ ਘੁੰਮਣ ਜਾਈਦਾ ਹੈ ਪਹਿਲਾ ਦਿਨ ਤਾਂ ਸਾਡਾ ਲੱਗ ਜਾਂਦਾ ਥੋੜ੍ਹਾ ਪਰੇਸ਼ਾਨ ਹੁੰਦਾ ਹੀ ਹੈ ਬੰਦਾ ਫਿਰ ਉੱਥੋਂ ਦਾ ਮਾਹੌਲ ਸਮਝਦਾ ਹੁਣ ਇੱਥੇ ਵੀ ਦੋ ਦੋ ਚਾਰ ਚਾਰ ਦਿਨ ਹਰ ਐਕਟੀਵਿਟੀ ਨੂੰ ਚਾਹੀਦੇ ਨੇ ਭਾਵੇਂ ਜੀ ਕੋਈ ਗਾਣਾ ਹੋ ਜਾਏ ਯਾਰ ਇਹ ਜੇ ਮੌਸਮ ਅਤੇ ਮਾਹੌਲ 'ਤੇ ਆ ਵੇਖੋ ਤਾਂ ਸਹੀ ਆ ਕਿੱਥੇ ਘੁੰਮਣ ਡਿਓ ਤੁਸੀਂ ਆ ਵੇਖੋ ਤਾਂ ਸਹੀ ਮਤਲਬ ਅਗਰ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਇਸ ਚੀਜ਼ 'ਤੇ ਇੰਨਾ ਟਾਈਮ ਲੱਗ ਰਿਹਾ ਮਤਲਬ ਹੈ ਨਾ ਇੰਨਾ ਟਾਈਮ ਲੱਗ ਨਹੀਂ ਰਿਹਾ ਮਤਲਬ ਇੰਨਾ ਟਾਈਮ ਚਾਹੀਦਾ ਹੈ ਫਿਰ ਆਪਾਂ ਬੜੀ ਤਸੱਲੀ ਨਾਲ ਕਿੰਨਾ ਮਜ਼ਾ ਆਉਣਾ ਹੁਣ ਸਾਨੂੰ ਥੋੜ੍ਹੀ ਜਿਹੀ ਜਲਦੀ ਹੈ ਕਿਉਂਕਿ ਸਾਨੂੰ ਪਤਾ ਨਹੀਂ ਜਿੱਦਾਂ ਇੱਥੇ ਵੀ ਇੱਕ ਘੰਟਾ ਕਿ 2-3 ਘੰਟੇ ਲੱਗਣੇ ਇੱਥੇ ਵੀ ਹਾਂ ਦੋ ਤਾਂ ਹੈਗੇ ਹੀ ਨੇ ਮਤਲਬ 1.5 ਘੰਟੇ ਦਾ ਜਾਣ ਦਾ 1.5 ਘੰਟੇ ਦਾ ਆਉਣ ਦਾ ਅਤੇ ਅੱਧਾ ਘੰਟਾ ਤਾਂ ਬੰਦਾ ਰੁਕੂਗਾ ਹੀ ਨਹੀਂ ਉੱਥੇ ਜਾਊਗਾ ਤੇ 2 ਘੰਟੇ ਦਾ ਰਲ ਆਪਾਂ ਮੋਂਟਰੀਅਲ ਕਿੰਨੇ ਵਜੇ ਪਹੁੰਚਣੇ 2 ਘੰਟੇ ਦਾ ਹਜੇ ਇੱਥੋਂ ਮੋਂਟਰੀਅਲ ਦਾ ਵੀ ਰਾਹ ਹੈ ਨਾ ਦੋ ਤਾਂ ਨਹੀਂ 1-1.5 ਘੰਟੇ ਦਾ ਹੋਣਾ 1-1.5 ਘੰਟੇ ਦਾ ਰਾਹ ਹੈ ਆ ਜੇ ਨਾਮ ਸੈਂਟੀਅਰ ਦੀ ਸਾਇੰਸ ਪਤਾ ਨਹੀਂ ਕੀ ਥੱਲੇ ਲਿਖਿਆ ਲੋਰਨ ਟਾਈਡਸ ਹੈ ਨਾ ਇਹਦਾ ਮਤਲਬ ਵੀ ਟ੍ਰੀ ਟੋਪ ਟ੍ਰੇਲ ਹੈ ਅੱਛਾ ਮਤਲਬ ਪੇੜ ਦੇ ਉਤਲੀ ਟ੍ਰੇਲ ਥੱਲੇ ਉਹਦਾ ਕੀ ਹੈ ਲੋਰਨ ਟਾਈਡ ਦਾ ਉਹ ਤਾਂ ਉੱਦਾਂ ਹੀ ਲਿਖਿਆ ਲੋਰਨ ਟਾਈਡ ਚਲੋ ਆ ਜਾਓ ਤੁਸੀਂ ਬੜੀ ਤਗੜੀ ਆ ਕਿਹੜੀ ਐਪਲੀਕੇਸ਼ਨ ਇਹਦੇ ਬਾਰੇ ਦੱਸ ਦਿਓ ਥੋੜ੍ਹਾ ਜਿਹਾ ਉਹ ਤਾਂ ਸਭ ਨੂੰ ਹੀ ਪਤਾ ਵਾ ਅੱਛਾ ਗੂਗਲ ਟ੍ਰਾਂਸਲੇਟ ਜੀ ਯੂਜ਼ ਨਹੀਂ ਕਰਦੇ ਗੂਗਲ ਲੈਂਸ ਹਾਂ ਗੂਗਲ ਲੈਂਸ ਟ੍ਰਾਂਸਲੇਟਰ ਤੁਸੀਂ ਲਿਖੋਗੇ ਕਰੋਗੇ ਗੂਗਲ ਲੈਂਸ ਐਵੇਂ ਲੈ ਕੇ ਘੁੰਮਦੇ ਰਹੋ ਉੱਥੇ ਫੋਟੋ ਦੇ ਉੱਤੇ ਇੰਗਲਿਸ਼ 'ਚ ਲਿਖਿਆ ਆ ਜਾਏਗਾ ਟ੍ਰਾਂਸਲੇਸ਼ਨ ਨਹੀਂ ਆ ਵੇਖ ਇੱਥੋਂ ਬਣਾ ਜਾਵਾਂ ਥੱਲੇ ਲਿਖਿਆ ਥੱਲੇ ਤਾਂ ਇੰਗਲਿਸ਼ 'ਚ ਲਿਖਿਆ ਚਲੋ ਉੱਥਲਾ ਹੁਣ ਵੇਖੀ ਉਹ ਵੇਖ ਪੂਰਾ ਲਿਖਿਆ ਆ ਗਿਆ ਆ ਗਿਆ ਆ ਗਿਆ ਪੂਰਾ ਵਰਡ ਵੇਖ ਹਾਂ ਐਵੇਂ ਇਹਦੇ ਉੱਤੇ ਲਿਖਿਆ ਆਉਂਦੀ ਆ ਵੇਖ ਆ ਗਈ ਕਿਉਂਕਿ ਇਹ ਦਾ ਹੋਮ ਆਫ ਲਾਰਜੈਸਟ ਐਂਡ ਆਫ ਯੈਲੋ ਬੇਚ ਇਨ ਦਾ ਵਰਲਡ ਇਟ ਇਸ ਕਿਹੜੀ ਜਗ੍ਹਾ ਢੇ ਮੋਟੀ ਮੋਟੀ ਗੱਲ ਬੰਦਾ ਸਮਝ ਜਾਏਗਾ ਗੂਗਲ ਲੈਂਸ ਤੇ ਇੰਡੀਆ 'ਚ ਬੰਦ ਹੋ ਗਿਆ ਬਹੁਤ ਉੱਤੇ ਤੁਰ ਪਏ ਹਾਂ ਜੀ ਹੁਣ ਪੂਰਾ ਉੱਤੋਂ ਤੱਕ ਜਾਣਾ ਜੇ ਗੋਲ ਗੋਲ ਘੁੰਮ ਕੇ ਮੋਤੀ ਕਹਿ ਲਓ ਇਹਨੂੰ ਅਤੇ ਇਹਦੇ ਵਿੱਚ ਹੀ ਸ਼ੋਅ ਚੱਲਦਾ ਜਾ ਥੱਲੇ ਵੀ ਜਾਲੀ ਉੱਤੇ ਵੀ ਜਾਲੀ ਵਿੱਚ ਸ਼ੋਅ ਚੱਲਦਾ ਜੇ ਜਿਹੜਾ ਅੱਜ ਨਹੀਂ ਚੱਲ ਰਿਹਾ ਹੁਣ ਚਲੋ ਭੱਜਦੇ ਹੋਏ ਚਲੋ ਚਲੋ ਕੀ ਹੋ ਗਿਆ
ਅਰੇ ਮੈਂ ਮੈਪ ਤੇ ਚੈੱਕ ਕਰਨਾ ਵੇਖ ਕਈ ਬਹੁਤ ਤਕੜਾ ਸਟੋਰਮ ਆ ਵੇਖ ਦ ਨੈਕਸਟ 4 ਆਵਰਸ ਵਿਲ ਬੀ ਵਰਸਟ ਪਾਰਟ ਆਫ ਦ ਸਟੋਰਮ ਫਾਰ ਮੌਂਟਰੀਅਲ ਐਂਡ ਸਰਾਊਂਡਿੰਗਸ ਆਪਣੀ ਗੱਲ ਤੇ ਨਹੀਂ ਕਰ ਰਹੇ ਨੈਕਸਟ 4 ਆਵਰਸ ਛਾਪਾ ਪਹੁੰਚਣਾ ਹੈ ਨਾ ਉੱਥੇ ਯਾਰ ਇਹਨਾਂ ਨੂੰ ਕਿਦਾਂ ਪਤਾ ਕਿ ਤੂਫਾਨ ਆ ਰਿਹਾ ਹੈ ਇਹਨਾਂ ਨੂੰ ਪਤਾ ਲੱਗ ਰਿਹਾ ਜਿਵੇਂ ਜਿਵੇਂ ਤਾਂ ਨੂੰ ਜਾਣ ਡਿਆ ਉਵੇਂ ਉਵੇਂ ਆਹ ਵਿਊ ਵੇਖਣ ਨੂੰ ਮਿਲ ਰਿਹਾ ਇੱਥੇ ਹਜੇ ਅੱਧਾ ਹੀ ਚੜਿਆ ਵੇਖੋ ਉੱਥੇ ਜਾਣਾ ਆਪਾਂ ਕਾਫੀ ਹੱਦ ਤੱਕ ਕਵਰ ਕਰ ਚੁੱਕੇ ਹਾਂ ਮਤਲਬ ਲਾ ਲਓ ਗਿੱਧੇ ਤੇ 3, 4, 5, 6, 7, 8 10 11 12 ਫਲੋਰ ਹੋਣੇ ਆ ਤੇ ਅਸੀਂ ਚੌਥੇ ਪੰਜਵੇਂ ਤੇ ਆ ਇਹਦਾ ਫਲੋਰ ਵੇਖਿਆ ਜਾਏ ਨਾ ਪਰ ਇਹਨਾਂ ਨੇ ਬੜੀ ਦਿਮਾਗ ਨਾਲ ਚੜ੍ਹਾਈ ਬਣਾਈ ਆ ਵੇਖੋ ਮਤਲਬ ਬਿਨਾਂ ਸਾਥ ਤੋਂ ਤੁਰੀ ਜਾਓਗੇ ਉੱਦਾਂ ਚੜ੍ਹਨਾ ਹੋ ਜਾਏ ਤਾਂ ਬੜਾ ਭਾਰੀ ਕੰਮ ਹੈ ਉਹ ਚੈੱਕ ਕਰੋ ਯਾਰ ਉਹ ਕਿੰਨਾ ਸੋਹਣਾ ਜੇ ਇੱਥੇ ਆ ਕੇ ਮਜ਼ਾ ਆ ਗਿਆ ਹਾਲਾਂਕਿ ਰਾਤ ਦੇ ਸੁੱਤੇ ਨਹੀਂ ਗਏ ਅਸੀਂ ਨੀਂਦਾਂ ਪੂਰੀਆਂ ਨਹੀਂ ਗੀਆਂ ਲੇਕਿਨ ਹੁਣ ਅੱਖਾਂ ਖੁੱਲ ਗਈਆਂ ਇੱਕ ਵਾਰੀ ਢਿੱਲੇ ਢਿੱਲੇ ਹੋ ਗਏ ਆਹ ਸੇਂਟ ਚਾਰਲਸ ਕਰਕੇ ਆ ਆਹ ਸਾਰੀ ਏਰੀਆ ਇੱਕ VIP ਲੋਕਾਂ ਨੇ ਆਪਣੀ ਹੈ ਨਾ ਸੁਸਾਇਟੀ ਟਾਈਪ ਬਣਾਈ ਸੀ ਇੱਥੇ ਵਧੀਆ ਵਧੀਆ ਸਕੂਲ ਵਧੀਆ ਵਧੀਆ ਇਨਵਾਇਰਮੈਂਟ ਉਹਨਾਂ ਨੇ ਆਪਣੇ ਹਿਸਾਬ ਨਾਲ ਜਿੱਦਾਂ ਆਪਣਾ ਕਹਿ ਦਿੰਦੇ ਆ ਮਾਡਰਨ ਸੁਸਾਇਟੀ ਆ ਉੱਦਾਂ ਬਣਾਈ ਸੀ ਅਤੇ ਆਹ ਉਹਨਾਂ ਨੇ ਆਪਣਾ ਵਿਊ ਵਗੈਰਾ ਇੰਜੋਏ ਕਰਨ ਲਈ ਆਖੋ ਜਿੱਦਾਂ ਬੈਠੇ ਹੁੰਦੇ ਨੇ ਖਾਲੀ ਟਾਈਮ ਆਰਕੀਟੈਕਚਰ ਵਗੈਰਾ ਸੀਗੇ ਇੱਥੇ ਅਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਘੈਂਟ ਚੀਜ਼ ਬਣਾ ਦਿੱਤੀ ਵੇਖੋ ਨਿੱਕੀਆਂ ਨਿੱਕੀਆਂ ਚੀਜ਼ਾਂ ਲਈ ਉਹ ਕਿੰਨਾ ਖਰਚਾ ਲਾ ਦਿੰਦੇ ਜੀ ਵੇਖਿਓ ਉਦੋਂ ਥੋੜ੍ਹੀ ਟੂਰਿਸਟ ਅਟਰੈਕਸ਼ਨ ਹੀ ਆ ਆਹ ਵੇਖੋ ਆਹ ਵੇਖੋ ਆਹ ਵੇਖੋ ਇੱਥੇ ਜਿਹੜਾ ਮੀਂਹ ਜਿਹੜਾ ਹੈ ਪੈਣ ਡਿਆ ਬਹੁਤ ਜ਼ੋਰਾ ਸ਼ੋਰਾ ਨਾ ਇੱਥੇ ਠੰਡੀ ਠੰਡੀ ਹਵਾ ਆਉਂਦੀ ਹੈ ਊਰਜਾ ਪੈਣ ਡਿਆ ਇੱਥੇ ਵੀ ਮੈਨੂੰ ਨੋਟੀਫਿਕੇਸ਼ਨ ਆ ਗਿਆ ਕਿ ਮੀਂਹ ਪੈ ਸਕਦਾ ਐਨੀ ਟਾਈਮ ਲੇਕਿਨ ਨਾ ਹੀ ਪਵੇ ਹਜੇ ਉੱਤਰ ਕੇ ਵੀ ਜਾਣਾ ਕਿੱਥੇ ਭੱਜਾਂਗੇ ਇੱਥੋਂ ਯਾਰ ਚਲੋ ਬਨੋ ਖੁੱਲ੍ਹਾ ਪਰ ਥੱਕਦਾ ਨਹੀਂ ਬੰਦਾ ਇੱਥੇ ਮਤਲਬ ਸਾਹ ਰੋਜ਼ ਚੜ੍ਹਨ ਡਿਆ ਥੱਕਦਾ ਨਹੀਂ ਆ ਗਿਆ ਜਾਂ ਤੁਸੀਂ ਫਾਈਨਲੀ ਉੱਤੇ ਪਹੁੰਚ ਚੁੱਕੇ ਹਾਂ ਜੀ ਉੱਧਰ ਕੁਛ ਮੀਂਹ ਪੈ ਰਿਹਾ ਹੈ ਚੱਲ 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 ਉੱਤੇ ਮੋਗਲੇ ਇੱਕ ਨੰਬਰ ਸਾਡੇ ਵਰਗੇ ਆਏ ਹੋਏ ਨੇ ਸਾਰੇ ਉਹ ਉੱਥੋਂ ਤੁਰਦੇ ਆਏ ਹਾਂ ਵੇਖੋ ਆ ਪੂਰੀ ਡੰਡੀ ਓ ਮਾਈ ਗੋਡ ਮਾਉਂਟ ਬਲੈਕ 2 ਕਿਲੋਮੀਟਰ ਅੱਛਾ ਆ ਮੌਂਟਰੀਅਲ ਬਲੈਂਚਾਰਡ 310 ਕਿਲੋਮੀਟਰ ਵਾਲਾ 800 ਮੀਂਹ ਆ ਗਿਆ ਯਾਰ ਉਤੋਂ ਪੱਕੇ ਮਜ਼ਬੂਤ ਜਗਾੜ ਕੀਤੇ ਹੋਏ ਨੇ ਓ ਮਾਈ ਗੋਡ ਆ ਜੀ ਅਸਲੀ ਡਰ ਜੇ ਤੁਸੀਂ ਥੱਲੇ ਵੇਖੋਗੇ ਓਏ ਸਿਮੂ ਪਤਾ ਕੀ ਕਰ ਥੱਲੇ ਨਹੀਂ ਵੇਖਣਾ ਤੂੰ ਥੱਲੇ ਨਹੀਂ ਵੇਖਣਾ ਤੂੰ ਓਏ ਹਰ ਥੱਲੇ ਓਏ ਥੱਲੇ ਅਰੇ ਆ ਤੇ ਦੇਈ ਐਦਾਂ ਹੀ ਅੰਕਿਤ ਨੂੰ ਨਾ ਪਾਣੀ ਤੋਂ ਡਰ ਲੱਗਦਾ ਸੀ ਥਾਈਲੈਂਡ ਉਹਨੂੰ ਸ਼ਿਪਾਂ 'ਚ ਬਿਠਾਇਆ ਸੀ ਹਰ ਕਿਹਨੂੰ ਹਾਈਟ ਤੋਂ ਲੱਗਦਾ ਕਿਹਨੂੰ ਪਾਣੀ ਤੋਂ ਉਨਾ ਹੀ ਲੱਗਦਾ ਹੈ ਰੁਕ ਜਾ ਨਾ ਥੱਲੇ ਥੱਲੇ ਦੇ ਵੇਖ ਥੱਲੇ ਥੱਲੇ ਅੱਖਾਂ ਦੇ ਕੋਲ ਅੱਖਾਂ ਕੋਲ ਅੱਖਾਂ ਕੋਲ ਓਏ
ਆਹ ਵੇਖਿਓ ਪੱਕਾ ਬਹੁਤ ਪੱਕਾ ਜਗਾਟ ਹੈ, ਦੋ ਤਿੰਨ ਨੈਟ ਇੱਥੇ ਨੇ, ਦੋ ਤਿੰਨ ਨੈਟ ਥੱਲੇ ਨੇ, ਅਰੇ ਬਹੁਤ ਜ਼ਿਆਦਾ, ਇੱਥੇ 100 ਬੰਦੇ ਵੀ ਖਲੋ ਜਾਣਾ। ਓਏ ਲੱਖਾਂ ਕੱਲਾ ਕੱਲਾ ਨੱਟ ਕੱਸਿਆ ਇਹਨਾਂ ਨੇ, ਇੰਡੀਆ ਵਾਲੇ ਕੰਮ ਥੋੜ੍ਹੀ ਹੈ ਯਾਰ, ਪੂਰੀ ਮਜ਼ਬੂਤੀ ਵਾਲੇ। ਹਾਂ ਇੱਥੇ ਮੀਂਹ ਆ ਗਿਆ ਹੈ, ਥੋੜ੍ਹਾ ਹੋਰ ਮਜ਼ਾ ਲੈਣਾ ਯਾਰ ਇੱਥੇ, ਅਜੇ ਆਪਾਂ ਐਂ 'ਚ ਜਾਵਾਂਗੇ। ਹੁਣ ਚਾਰੋਂ ਬੰਨੋਂ ਮੀਂਹ ਪੈਣ ਡਿਆ ਯਾਰ, ਨਹੀਂ ਤਾਂ ਕਈ ਵਾਰੀ ਕੀ ਹੁੰਦਾ ਉੱਥੇ ਮੀਂਹ ਪੈਣ ਡਿਆ ਹੁੰਦਾ, ਇੱਥੇ ਨਹੀਂ ਪੈਣ ਡਿਆ ਹੁੰਦਾ, ਹੁਣ ਤਾਂ ਜਿੱਥੇ ਜਿੱਥੇ ਤੱਕ ਦੇਖ ਰਿਹਾ ਮੀਂਹ ਪੈ ਰਿਹਾ। ਹੈਵੀ ਰੇਨਫੋਲ ਵਾਲੀ ਗੱਲ ਮੈਨੂੰ ਮੋਂਟਰੀਅਲ ਵਾਲੀ ਹੁਣ ਸੱਚ ਰੱਖ ਰਹੀ ਹੈ। ਲੋਕੀ ਭੱਜ ਗਏ ਨੇ, ਵੇਖੋ ਲੋਕੀ ਭੱਜ ਗਏ ਨੇ, ਬੜੀ ਦੂਰ ਹਜੇ ਉਹ ਜਾਣਾ ਹੈ। ਮੀਂਹ ਆ ਗਿਆ। ਚਲੋ ਯਾਰ ਪਵੀ ਧਾਲੀਵਾਲ ਜੀ, ਆਪਾਂ ਇਸ ਵਲੋਗ ਦੇ ਵਿੱਚ ਆਪਣੇ ਗਾਣੇ ਦਾ ਜ਼ਿਕਰ ਨਹੀਂ ਕੀਤਾ। ਕਿਹੜੇ ਗਾਣੇ ਦਾ? ਜਿਹੜਾ ਆਪਣਾ ਆ ਚੁੱਕਿਆ ਹੈ, ਆਉਣ ਵਾਲੇ ਦਾ ਤੇ ਜ਼ਿਕਰ ਹਜੇ ਨਹੀਂ ਕਰਾਂਗੇ। ਕਰਦੇ ਲੋਕ ਨੇ ਮੈਨੂੰ ਹੁਣ ਦੇ ਹਾਲਾਤਾਂ ਤੋਂ, ਕਿਉਂ ਦੁਨੀਆ ਤੋਂ ਪਰਦਾ ਕਰ ਲਿਆ, ਡਰ ਲੱਗਦਾ ਰਾਤਾਂ ਤੋਂ, ਕਿਉਂ ਕਈ ਕਹਿੰਦੇ ਫੋਨ ਨਹੀਂ ਚੱਕਦਾ, ਕੁਝ ਕਹਿੰਦੇ ਮਿਲਦਾ ਨਹੀਂ, ਹੁਣ ਬਾਪੂ ਦਾ ਹੁਕਮ ਆ ਮੰਨਦਾ, ਰੱਬ ਦੇ ਫਰਮਾਨ ਦੇ ਵਰਗਾ, ਕਿਸੇ ਨੂੰ ਬਾਪ ਨੀ ਮਿਲਣਾ, ਅੱਗੇ ਪ੍ਰਧਾਨ ਦੇ ਵਰਗਾ। ਹੋ ਜ਼ਿੰਦਗੀ ਦੀ ਪਲੈਨਿੰਗ ਸਾਰੀ, ਕੁਛ ਵੀ ਰਵੀਲ ਨੀ ਕੀਤਾ, ਯਾਰਾਂ ਨੇ ਵੀਲ ਨੀ ਕੀਤਾ, ਯਾਰਾਂ ਨੇ ਫੀਲ ਨੀ ਕੀਤਾ। ਉਮੀਦ ਕਰਦਾ ਤੁਹਾਨੂੰ ਗਾਣਾ ਵਧੀਆ ਲੱਗਿਆ ਹੋਊਗਾ। ਬਾਕੀ ਬਹੁਤ ਘੈਂਟ ਘੈਂਟ ਗਾਣੇ ਸਾਡੇ ਬਣ ਚੁੱਕੇ ਨੇ, ਆਉਣਗੇ ਦੋ ਤਿੰਨ ਗਾਣੇ ਜਿਹੜੇ ਸਾਡੇ ਲਾਈਨ ਪਏ ਉਹਦੇ ਆਉਣਗੇ ਹੀ, ਉਹਦੇ ਬਾਅਦ 'ਚੋਂ ਦੋ ਤਿੰਨ ਹੋਰ ਗਾਣੇ ਨੇ ਘੈਂਟ ਘੈਂਟ ਜਿਹੜੇ ਆਪਾਂ ਹੁਣ ਲਿਖੇ ਨੇ ਲੇਟੈਸਟ। ਇੱਕ ਆਹ ਬੜਾ ਮਸਲਾ ਹੋ ਜਾਂਦਾ ਹੈ, ਹੁਣ ਜਿੱਦਾਂ ਗਾਣੇ ਦੇ ਬਾਅਦ 'ਚੋਂ ਆਪਾਂ ਜਿਹੜੇ ਹੁਣ ਗਾਣੇ ਲਿਖੇ ਨੇ ਸਾਡੇ ਦੋ ਤਿੰਨ ਲਾਈਨ ਅਪ 'ਚ ਵੀ ਹੈ, ਹੁਣ ਉਹ ਵੀ ਸਾਨੂੰ ਪਿਆਰੇ ਨੇ ਉਹ ਨਹੀਂ, ਲੇਕਿਨ ਜਿਹੜੇ ਹੁਣ ਲਿਖੇ ਨੇ ਉਹ ਵੀ ਸਾਨੂੰ ਜ਼ਿਆਦਾ ਵਧੀਆ। ਆਪਾਂ ਐਕਸਾਈਟਡ ਆ ਕਰਨ ਲਈ, ਸਾਨੂੰ ਕਈ ਵਾਰੀ ਐਂ ਲੱਗਦਾ ਕਿ ਜਿਹੜੇ ਪਹਿਲੇ ਵਾਲੇ ਆਪਾਂ ਬਣਾ ਚੁੱਕੇ ਆ ਆਲਰੇਡੀ, ਉਹਨਾਂ ਨੂੰ ਪੌਜ਼ ਤੇ ਲਾ ਕੇ ਤੇ ਜਿਹੜੇ ਨਵੇਂ ਲਿਖਤੇ ਨੇ ਉਹ ਕਰ ਲਈਏ, ਉਹ ਕਰ ਲਈਏ ਫਟਾਫਟ। ਫਿਰ ਆਪਾਂ ਸੋਚਦੇ ਹਾਂ ਕਿ ਯਾਰ ਸਾਰੇ ਹੀ ਕਰਦੇ ਆ ਲਾਈਨ ਨਾਲ। ਮੇਰੀ ਮਤਲਬ ਇਹਨਾਂ ਨੂੰ ਆਹੀ ਸਲਾਹ ਹੈ ਪਵੀ ਧਾਲੀਵਾਲ ਜੀ ਨੂੰ ਕਿ ਲਗਾਤਾਰ ਜਿੱਦਾਂ ਜਿੱਦਾਂ ਗਾਣੇ ਲਿਖੀ ਜਾਣ ਦੇ ਲਗਾਤਾਰ ਆਉਂਦੇ ਰਹਿੰਦੇ ਆ, ਤੇ ਬਾਕੀ ਉੱਤੇ ਜ਼ਿਆਦਾ ਮੀਂਹ ਪੈਣ ਡਿਆ, ਇੱਥੇ ਥੋੜਾ ਕੰਮ ਠੀਕ ਹੈ। ਯਾਰ ਮੀਂਹ ਸਿਰਫ ਉਹਨੇ ਚਿਰ ਰਿਹਾ ਹੀ ਜਦੋਂ ਆਪਾਂ ਉੱਤੇ ਉੱਤੇ ਰਹੇ ਹਾਂ, ਉੱਤੇ ਜਾ ਕੇ ਖਲੋਤੇ ਤੇ ਦੋ ਮਿੰਟ 'ਚ ਮੀਂਹ ਸਟਾਰਟ, ਹੁਣ ਜਾਂ ਜਾਂ ਥੱਲੇ ਜਾਣ ਡਿਆ ਖਤਮ ਮੀਂਹ, ਕਿ ਬੰਨੇ ਨਹੀਂ ਹੈਗਾ ਬਾਦਾ ਫੱਟਾ ਹੀ ਗਿੱਲੇ ਕਿੱਥੇ ਜਾ ਕਿਉਂ। ਹੁਣ ਆਪਾਂ ਕਿੱਥੇ ਜਾਣਾ ਹੈ ਰੋਜੀ? ਆਪਾਂ ਨੂੰ ਘੁੰਮਣ ਜਾਣਾ, ਘੁੰਮਣ ਕਿੱਧਰ? ਨਹੀਂ ਹੁਣ ਸਿੱਧਾ ਮੋਂਟਰੀਅਲ ਯਾਰ। ਹੈ ਕਿਤੇ ਨਹੀਂ ਰਾਜ ਮੋਂਟਰੀਅਲ ਡਾਊਨਟਾਊਨ। ਆ ਵੇਖੋ ਇਹਨਾਂ ਨੇ ਨਾ ਇੱਥੇ ਗਲੈਰੀ ਵਗੈਰਾ, ਕੋਈ ਵੀ ਪਸ਼ੂ ਪਕਸ਼ੀ, ਪਸ਼ੂ ਤਾਂ ਨਹੀਂ ਆ ਸਕਦੇ ਯਾਰ, ਮਾਂ ਵੀ ਪਕਸ਼ੀ ਆ ਕੇ ਖਾ ਸਕਦੇ ਨੇ। ਕੱਟ 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 ਵੇਖ, ਇਹਨਾਂ ਨੇ ਫੂਡ ਰੱਖਿਆ ਜੇ ਵੇਖੋ, ਗਲੈਰੀਆਂ ਗਲੂਰੀਆਂ ਲਈ ਵੀ। ਹੌਸਲੇ ਵਿੱਚ ਆ ਗਈ ਕਾਟੂ, ਪਰ ਸਾਲੀ ਉੱਡ ਗਈ ਤਿਤਲੀ, ਇਹਨੂੰ ਵੇਖੇ ਤੇ ਮੈਂ ਲਿਖਿਆ ਹੀ ਪਾ ਲਿਆ। ਉਹ ਗੱਚਾ ਕਿਆ ਗੁਰੂਆ, ਬੱਬਲ ਮਰੀਆ ਤੇਰਾ ਓਏ, ਕੀ ਕੀ ਆਟਮ ਆ, ਕੀ ਆਟਮ ਆ ਓਏ, ਆ ਤੇ ਬਦਾਮ ਬਦੂਮ ਹੀ ਇਹਦੇ ਵਿੱਚ, ਬਦਾਮ ਬਦੂਮ ਨਹੀਂ ਉਹਦੀ ਵੀਡੀਓ ਬਣਾ ਵੇਖੀ ਹੋ। ਓਏ ਪੈ ਨਾ ਜਾਏ ਗੁਰੂਆ, ਖਾਣਾ ਨਹੀਂ ਪੈਂਦੀ ਉਹ, ਖਾਣ ਦੀ ਆ ਭੁੱਖੀ ਵਿਚਾਰੀ, ਮਾਂ ਕਿਤੇ ਨਹੀਂ ਲੱਭਿਆ ਹੋਣਾ, ਵੈਸੇ ਰਾਹ ਰੱਟ ਲੈਂਦੇ ਹੋਣੇ ਆ ਹਨਾ। ਉਧਰੋਂ ਆ ਕੇ ਇਧਰੋਂ ਲਿਫਟ ਤੋਂ ਠਾਣੋਂ ਆਉਣਾ ਵਾ, ਤੇ ਹੁਣ ਇਧਰੋਂ ਵਾਪਸੀ, ਇਹਦਾ ਮਤਲਬ ਇਹ ਸੀ ਯੂ ਸੂਨ ਦਾ ਐਤਰਸ ਦੁੱਧ ਤੋਂ ਆ ਜੇ ਇਹਦਾ ਮਤਲਬ, ਤੇ ਓਏ ਐਗਜ਼ਿਟ ਤੋਂ ਬੜਾ ਤਗੜਾ ਲਿਖਿਆ ਸੋਟੀ ਡੂ ਪਾਰ ਕੋਰਸ ਯਾਰ, ਥੋੜ੍ਹਾ ਨਾ ਪੜ੍ਹਨਾ ਪੈਣਾ ਹੈ। ਬਾਕੀ ਯਾਰ ਆਹ ਜਗ੍ਹਾ ਬੜੀ ਘੈਂਟ ਜੀ, ਬੜੀ ਸੋਹਣੀ ਜਗ੍ਹਾ ਹੈ, ਉੱਤੋਂ ਮੌਸਮ ਅੱਜ ਮੀਂਹ ਨੇ ਹੋਰ ਘੈਂਟ ਕਰਤਾ ਹੈ ਘੈਂਟ। ਅਤੇ ਆ ਇਹਨਾਂ ਦੀ ਨਿੰਜਾ ਟੈਕਨੀਕ, ਦੁਕਾਨ ਦੇ ਅੰਦਰੋਂ ਦੀ ਜਿਹੜੀ ਖੜਦੇ ਆ ਨਾ ਕਿ ਕੋਈ ਚੀਜ਼ ਲੈ ਲਏ ਬੰਦਾ। ਅਲਵਿਦਾ ਮੇਰੇ ਫੂਲੋ, ਤੋਂ ਮੈਂ ਫਿਰ ਮਿਲਾਂਗੇ, ਗਾਣਾ ਗਾਉਂਦਾ ਇੱਥੇ ਤੱਕ ਪਹੁੰਚਾ ਤੈਨੂੰ ਮਿਲਣ ਵਾਸਤੇ।
ਗੋਰਾ ਬੱਸ ਥੱਲੇ ਆ ਗਿਆ। ਇਹਨਾਂ ਨੂੰ ਪਤਾ ਗੋਰਾ ਬੱਸ ਵਾਲੀ ਗੱਲ? ਨਾ ਜੀ ਨਹੀਂ ਪਤਾ ਇਹਨਾਂ ਨੂੰ। ਗੋਰਾ ਬੱਸ ਥੱਲੇ ਆ ਗਿਆ ਕਹਿੰਦਾ ਹਾਏ, ਗੋਰਾ ਬੱਸ ਥੱਲੇ ਆ ਗਿਆ ਕਹਿੰਦਾ ਆਏ। ਯਾਰ ਵਧੀਆ ਲੱਗੀ ਮਜ਼ਾ ਯਾਰ, ਜਿੰਨੇ ਮਰਜ਼ੀ ਤੋੜ ਮਰੋੜ ਲਏ ਬੰਦਾ, ਜਿੰਨੇ ਮਰਜ਼ੀ ਯਾਦ ਨਹੀਂ। ਆਪਾਂ ਇੱਕ ਵਾਰੀ ਪੂਰਾ ਵਲੌਗ ਬਣਾਇਆ ਸੀ, ਪੂਰਾ ਗਾਣੇ ਚੈੱਕ ਕਰਕੇ ਆਇਓ, ਬੜਾ ਪੁਰਾਣਾ ਵਲੌਗ ਏ। ਤੈਨੂੰ ਨਾਮ ਯਾਦ ਹੈ? ਦੱਸ ਦੇ। ਹਾਂ ਹਾਂ, ਡਿਸਕ੍ਰਿਪਸ਼ਨ ਚ ਲਿੰਕ ਪਾ ਦੀ, ਡਿਸਕ੍ਰਿਪਸ਼ਨ ਚ ਮੈਂ ਲਿੰਕ ਪਾ ਦੂੰਗਾ। ਉਹ ਪੂਰਾ ਜਿਹੜਾ ਵਲੌਗ ਏ ਆਪਾਂ ਗਾਣਿਆਂ ਤੇ ਬਣਾਇਆ ਹੈ, ਔਰ ਗਾਣੇ ਕੰਮ ਕੀਤਾ ਹੈ, ਮਤਲਬ ਗਾਣਾ ਕੋਈ ਤੇ ਤਰਜ ਕੋਈ ਕੋਈ ਹੋਰ, ਜਿਵੇਂ ਜਾਤੀ ਆ ਉਹਦੇ ਨਾਲ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਉਸਰੀ ਉੱਤੋਂ ਲੰਘਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ, ਦੁਖੀ ਤਿੱਖੀ ਪੂਰੀ ਠੋਕ ਰੱਖਦਾ ਮੁੰਡਾ ਡੱਬ ਵਿੱਚ ਗਲੋਕ ਭਰ ਕੇ ਰੱਖਦਾ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਸਿਰ ਉੱਤੋਂ ਲੰਘਣ ਫਲਾਈ ਕਰਕੇ ਫਿਰ ਕਹੀਂਗੀ ਨਜ਼ਰ ਲੈ ਬੈਠੀ ਲੋਕਾਂ ਦੀ ਜੋ ਤੱਕਦੀ ਦੋਹਾਂ ਨੂੰ। ਕੀ ਕਹਿ ਰਹੇ ਹੋ, ਆਪਣਾ ਨਵਾਂ ਗਾਣਾ ਹੈ? ਨਹੀਂ, ਇਹ ਤੋਂ ਅੱਗੇ ਨਹੀਂ ਸੁਣਾਉਣਾ। ਘੈਂਟ ਘੈਂਟ ਗਾਣੇ ਲਿਖੇ ਹੋਏ ਨੇ ਯਾਰ, ਸਪੋਰਟ ਸਪੋਰਟ ਕਰਦੇ ਰਿਹਾ ਕਰੋ, ਗਾਣੇ ਸ਼ੇਅਰ ਚੋ ਲਾਈਕ ਕਮੈਂਟ ਕਰਿਆ ਕਰੋ ਖਿੱਚ ਕੇ। ਬਾਕੀ ਜਿਹੜੇ ਨਹੀਂ ਕਰਨ ਡੇ ਉਹਨਾਂ ਦਾ ਵੀ ਪਤਾ ਹੈ, ਜਿਹੜੇ ਕਰਨ ਡੇ ਨੇ ਉਹਨਾਂ ਦਾ ਵੀ ਪਤਾ ਹੈ। ਅਤੇ ਕਈ ਜਣੇ ਜਿਹੜੇ ਸਟੋਰੀ ਪਾ ਕੇ ਜਦੋਂ ਅਸੀਂ ਉਹਨਾਂ ਨੂੰ ਮੈਂਸ਼ਨ ਬੈਕ ਕਰ ਦਿੰਦਾ ਉਹ ਡਿਲੀਟ ਕਰ ਦਿੰਦੇ, ਉਹਨਾਂ ਨੂੰ ਲੱਗਦਾ ਸਾਨੂੰ ਨਹੀਂ ਪਤਾ, ਲੇਕਿਨ ਉਹਨਾਂ ਦਾ ਵੀ ਪਤਾ ਹੈ, ਨੋਟੀਫਿਕੇਸ਼ਨ ਆ ਜਾਂਦਾ ਹੈ। ਸਭ ਦਾ ਪਤਾ ਹੈ, ਬਸ ਤੁਸੀਂ ਆਪਣਾ ਧਿਆਨ ਰੱਖੋ, ਸਾਡੇ ਵੱਲੋਂ ਗਾਣੇ ਨਹੀਂ ਰੁਕਣੇ, ਚੰਗੇ ਜਾਂ ਮਾੜੇ ਅਸੀਂ ਆਪਣੇ ਵੱਲੋਂ ਬੈਸਟ ਦਿੰਦੇ ਹਾਂ। ਅਤੇ ਸਾਨੂੰ ਵਾਹ ਯਾਰ, ਅਤੇ ਸਾਨੂੰ ਉਸ ਲੋਕੇਸ਼ਨ 'ਤੇ ਯਾਰ ਬਹੁਤ ਜ਼ਿਆਦਾ ਮਜ਼ਾ ਆਇਆ ਸੀ। ਅਤੇ ਹੁਣ ਸਫ਼ਰ ਹੀ ਸਾਡਾ ਯਾਰ ਉੱਥੋਂ 2 ਘੰਟੇ ਦਾ ਸੀ, ਮੋਂਟਰੀਅਲ ਜਾਣਾ ਸੀ, ਅਤੇ ਹੋਟਲ ਸਾਡਾ ਸੀਗਾ 4-5 ਵਜੇ ਰਾਤ ਦੇ, ਆ ਇੰਨੇ ਟਾਈਮ ਦਾ ਹੀ ਹੁੰਦਾ, 4-5 ਵਜੇ ਤੋਂ ਸਟਾਰਟ ਸੀਗਾ। ਅਤੇ ਅਸੀਂ ਉਹਨਾਂ ਨੂੰ ਫੋਨ ਕਰਤਾ ਹੈ, ਹੁਣ ਅਜੇ 1 ਘੰਟੇ ਦਾ ਘੱਟੋ ਘੱਟ ਇੱਥੋਂ ਰਾਹ ਹੈਗਾ ਹੈ, ਅਤੇ ਮਾੜੀ ਜਿਹੀ ਸਾਈਡ 'ਤੇ ਗੱਡੀ ਖਿਲਾਰੀਏ, ANW ਆਏ ਯਾਰ, ਕੁਛ ਖਾ ਪੀ ਲਈਏ, ਭੁੱਖ ਲੱਗਣ ਡੀ ਹੈ। 1/2 ਘੰਟਾ ਹੋ ਗਿਆ ਇੱਥੇ ਸਾਨੂੰ ਔਡਰ ਦਿੰਦਿਆਂ ਨੂੰ, ਉਹਨਾਂ ਨੂੰ ਫਰੈਂਚ ਹੀ ਆਉਂਦੀ ਹੈ ਅਤੇ ਸਾਨੂੰ ਇੰਗਲਿਸ਼ ਹੀ ਆਉਂਦੀ ਹੈ। ਲਓ ਜੀ, ਆਪਣੇ ਬਰਗਰ ਆ ਗਏ ਨੇ। ਓਹੋ, ਇੱਥੋਂ ਦਾ ANW ਅਤੇ ਸਾਡੇ ਉੱਧਰ ਦੇ ANW 'ਚ ਵੀ ਬਹੁਤ ਜ਼ਿਆਦਾ ਫਰਕ ਹੈ। ਮਸਾਲਾ ਬਰਗਰ ਵੀ ਨਹੀਂ ਹੈਗਾ, ਜਿਹੜਾ ਇੱਕ ਪੈਰੀ ਪੈਰੀ ਉਹ ਵੀ ਨਹੀਂ ਹੈਗਾ। ਤੇ ਇੱਕ ਘੰਟੇ ਦਾ ਮਤਲਬ ਰਾਹ, 1.5 ਘੰਟੇ ਦਾ ਰਾਹ, ਤੇ ਫਿਰ ਮੀਂਹ ਪੈ ਗਿਆ, ਮੀਂਹ ਦਾ ਤੇ ਚਲੋ ਹੁੰਦਾ ਜਾਂਦਾ ਰਹਿੰਦਾ ਹੈ। ਤੇ ਬਾਕੀ ਯਾਰ ਇੱਥੇ ਜਿਹੜੀ ਪੋਪੂਲੇਸ਼ਨ ਹੈ ਨਾ, ਸਾਨੂੰ ਥੋੜੇ ਜਿਹੇ ਬਜ਼ੁਰਗ ਬੰਦੇ ਜ਼ਿਆਦਾ ਮਿਲਦੇ ਨੇ। ਆਹ ਵੇਖੋ, ਇੱਧਰ ਵੀ ਸਾਰੇ ਬਜ਼ੁਰਗ ਬੰਦੇ ਬੈਠੇ ਨੇ, ਉੱਧਰ ਵੀ ਸਾਰੇ ਬਜ਼ੁਰਗ ਬੰਦੇ ਬੈਠੇ ਨੇ, ਤੇ ਇੱਧਰ ਵੀ ਬਜ਼ੁਰਗ ਬੰਦੇ ਬੈਠੇ ਨੇ। ਚਲੋ ਚੱਲੀਏ, ਨਹੀਂ ਆਉਣਾ ਮਜ਼ਾ ਆ ਜਾ। ਮੂੰਹ ਦਾ ਟੇਸਟ ਹੀ ਖਰਾਬ ਹੋ ਗਿਆ ਯਾਰ ਮੇਰਾ, ਔਰ ਸਭ ਤੋਂ ਜ਼ਿਆਦਾ ਖਰਾਬ ਕੀਤਾ ਹੀ ਇਹਨੇ ਹੈਸ਼ ਬਰਾਊਨ ਜਿਹੜਾ ਖਾਧਾ ਨਾ ਮੈਂ 'ਚ। ਬਗਾਰ ਅਤੇ ਗੱਡੀ 'ਚ ਜਾਣਾ ਹੈ ਅਤੇ ਲੋਕ ਖੋਲ੍ਹੋ ਨਾ, ਕੁੱਕ ਵੀ ਨਹੀਂ ਹੈਗੀ ਇਹਨਾਂ ਦੀ ਓਰੀਜਨਲ। ਪਤਾ ਨਹੀਂ ਕੀ ਕੀਤਾ ਇਹਨਾਂ ਨੇ ANW ਵਾਲਿਆਂ ਨੇ, ਪਤਾ ਨਹੀਂ ਹੁਣ ਯਾਰ ਹਰ ਜਗ੍ਹਾ ਇੱਦਾਂ ਨਾ ਹੋਏ ਕਿਤੇ ਇੱਥੇ। ਯਾਰ ANW ਨੇ ਨਾ ਇੰਨਾ ਕੰਮ ਖਰਾਬ ਕਰਤਾ, ਮੇਰਾ ਮੂੰਹ ਕੌੜਾ ਕੌੜਾ ਕਰਤਾ ਯਾਰ, ਹੁਣ ਮੇਰਾ ਇੱਦਾਂ ਜੀ ਗਾਂਡਾ, ਪਹਿਲਾਂ ਬ੍ਰਸ਼ ਕਰ ਲਾ ਫਿਰ ਕੁਛ ਖਾਵਾਂ। ਤੇ ਜੇ ਕੁਝ ਕਰਨਾ ਤਾਂ ਮੈਨੂੰ ਕਰ ਮਾਫ ਕਰ, ਜ਼ਿੰਦਗੀ ਮੇਰੀ ਚੋਂ ਬਾਹਰ ਕੱਢ ਦੇ। ਬਹੁਤ ਜਿਆਦਾ ਤੇਜ਼ ਆਵਾਜ਼ ਚੱਲਣ ਦੀ, ਉਹ ਗੱਡੀ ਡੋਲਣ ਦੀ ਪੂਰੀ। ਥੋੜਾ ਥੋੜਾ ਹੀ ਨੀਂਦ, 5-5, 10-10 ਮਿੰਟ ਸੌਂ ਗਏ ਆ ਸਾਰੇ ਜਣੇ। ਪਵੀ ਨੇ ਗੱਡੀ ਖਿੱਚਤੀ ਤੇ 7:15 ਨੇ ਮੋਂਟਰੀਅਲ ਪਹੁੰਚ ਚੁੱਕੇ ਆ। ਹੁਣ ਇੱਥੇ ਇੱਕ ਵਾਰੀ ਬੈਗ ਬੁੱਕ ਰੱਖ ਲਈਏ ਯਾਰ, ਰੂਮ 'ਚ ਹੈ ਨਾ ਲੱਭ ਕੇ, ਅਤੇ ਫਿਰ ਆਰਾਮ ਨੂੰ ਇੱਥੇ ਲਾਗੇ ਬੰਨੇ ਘੁੰਮਣ ਫਿਰਨ ਜਾਵਾਂਗੇ। ਹੁਣ ਇੱਥੇ ਹੀ ਕਿਤੇ ਆ,
ਆਈ ਸਟਰੀਟ 'ਚ ਜਾਂ ਨਾਲ ਦੀ ਇੱਧਰ ਉੱਧਰ, ਬਸ ਹੁਣ ਪਤਾ ਕਰਨੇ ਆ। ਕੈਂਟ ਕੰਮ ਸਹੀ ਹੈ। ਇਹ ਹੋਟਲਾਂ ਨੂੰ ਬਿਲਕੁਲ ਡਾਊਨ ਟਾਊਨ ਦੇ ਵਿੱਚ ਮਿਲਿਆ ਵਾ, ਅਤੇ ਹੋਟਲ ਦਾ ਨਾਮ ਹੈ ਹੋਟਲ ਲਿਟਲ ਰੂਮਸ ਕਰਕੇ ਆ। ਅਸੀਂ expedia.ca ਤੋਂ ਬੁੱਕ ਕਰਾਇਆ ਸੀ, $120 ਦੇ ਆਸ ਪਾਸ, ਮਤਲਬ 4 ਜਣਿਆਂ ਨੂੰ ਆਹ ਬੈੱਡ ਮਿਲ ਗਿਆ। ਸਭ ਵਧੀਆ ਆ, ਵੇਖੋ ਤੁਹਾਡੇ ਸਾਹਮਣੇ ਆ। ਬਸ ਇਹਦਾ ਇਹ ਸੀਨ ਪੈ ਗਿਆ ਕਿ ਵਾਸ਼ਰੂਮ ਜਿਹੜਾ ਵਾ ਉਹ ਬਾਹਰ ਹੈ। ਕੋਈ ਐਡੀ ਮਸਲੇ ਵਾਲੀ ਗੱਲ ਨਹੀਂ ਕਿ ਯਾਰ, ਰੂਮ ਸਾਫ਼ ਹੋਣੇ ਚਾਹੀਦੇ ਆ ਜਿੱਥੇ ਆਪਾਂ ਸੋਣਾ ਹੈ। ਹੁਣ ਅਸੀਂ ਚੱਲੇ ਹਾਂ, ਸਮਾਨ ਸਮੂਨ ਮਾੜਾ ਜਿਹਾ ਇੱਕ ਵਾਰੀ ਅੱਖਾਂ ਉੱਖਾਂ ਖੋਲੀਏ, ਮੂੰਹ ਮੂੰਹ ਧੋ ਲਈਏ, ਅਤੇ ਘੁੰਮਣ ਫਿਰਨ ਚੱਲਦੇ ਹਾਂ। ਥੋੜ੍ਹਾ ਰਾਤ ਦਾ ਮਾਹੌਲ ਛੋਲ ਵਹਿੰਦੇ ਹਾਂ, ਅਤੇ ਨੀਂਦ ਵੈਸੇ ਤਾਂ ਬੜੀ ਆਉਂਦੀ ਹੈ। ਟਿਬੇਟ ਹੋ ਕੇ ਚੱਲੀਏ ਯਾਰ, ਘੁੰਮਣ ਫਿਰਨ ਆਇਆ, 2-4 ਦਿਨ ਘੱਟ ਸੋਵਾਂਗੇ, ਕੁਛ ਨਹੀਂ ਹੋ ਜਾਣਾ। ਅਤੇ ਬਾਹਰ ਕੁਛ ਇਸ ਤਰੀਕੇ ਦਾ ਮਾਹੌਲ ਹੈ, ਅਤੇ ਵਾਸ਼ਰੂਮ ਇਹਨਾਂ ਦੇ ਆਹ ਨੇ ਬਾਹਰ ਹੈ, ਹੈ ਨਾ। ਅਤੇ ਮੈਂ ਇੱਕ ਵਾਰੀ ਤਾਂ ਵਿਖਾ ਦਈਏ, ਕਈ ਜਣਿਆਂ ਨੂੰ ਪ੍ਰੋਬਲਮ ਹੁੰਦੀ ਵਾਸ਼ਰੂਮ ਦੀ ਵੀ, ਅਤੇ ਵਧੀਆ ਇਹਨਾਂ ਨੇ ਸਾਫ਼ ਸਫਾਈ ਪੂਰੀ ਰੱਖੀ ਹੈ। ਕੋਮਨ ਵਾਸ਼ਰੂਮ ਹੈ ਲੇਕਿਨ ਆਪਣੇ ਕੋਲ ਸਾਫ਼ ਸਫਾਈ ਪੂਰੀ ਆ, ਘੈਂਟ ਹੈ। ਅਤੇ ਬਸ ਆਹੀ ਹੈ ਕੰਮ, ਸ਼ੀਸ਼ਾ ਤਾਂ ਹੈਗਾ ਰੂਮ 'ਚ ਸਾਡੇ, ਲੇਕਿਨ ਆਵਾ ਕੇ ਨਹਾਉਣ ਲਈ ਸਾਨੂੰ ਬਾਹਰ ਆਉਣਾ ਪਏਗਾ। ਬਾਕੀ ਮੇਰੇ ਹਿਸਾਬ ਨਾਲ ਜੇ ਕੋਈ ਫੈਮਿਲੀ ਦੀ ਪ੍ਰਾਈਵੇਸੀ ਇਸ਼ੂ ਹੋਏ ਫਿਰ ਥੋੜ੍ਹਾ ਜਿਹਾ ਉਹ ਵੇਖ ਲੈਣ, ਬਾਕੀ ਮੁੰਡਿਆਂ ਲਈ ਤਾਂ ਇੱਕਦਮ ਵਧੀਆ ਚੀਜ਼ ਮੇਰੇ ਹਿਸਾਬ ਨਾਲ। ਆਪਣੇ ਕੋਲ ਸਾਰਾ ਰੂਮ ਇੱਧਰ, ਅਤੇ ਆਪਣਾ ਹੋ ਗਿਆ ਜੇ ਦੇਖੋ, ਔਰ ਇਹ ਆਪਣਾ ਸ਼ੀਸ਼ਾ ਹੋ ਗਿਆ, ਔਰ ਯਹਾਂ ਪੇ ਮੈਂ ਥੋੜ੍ਹਾ ਸਾ ਪੜ੍ਹਨਾ ਬੰਦ ਲੂੰ ਕਿਉਂਕਿ ਸੁੱਤਾ ਹੈ ਯਾਰ ਗੱਡੀ 'ਚ 1/2 ਘੰਟਾ, ਅਤੇ ਟੇਡਾ ਜਾਊਗਾ ਥੋੜ੍ਹਾ ਜਿਹਾ। ਅਤੇ ਰੂਮ 'ਚੋਂ ਨਿਕਲ ਕੇ ਸੈੱਟ ਵੈੱਟ ਹੋ ਕੇ, ਹੁਣ ਟਾਈਮ ਅਜੇ ਜ਼ਿਆਦਾ ਨਹੀਂ ਹੋਇਆ, 8:05 ਹੋਏ ਨੇ, ਅਤੇ ਅਸੀਂ ਪਹਿਲਾਂ ਮਾਊਂਟ ਰੋਇਲ ਪਾਰਕ ਚੱਲੇ ਹਾਂ, ਫਿਰ ਇੱਥੇ ਇੱਕ ਗ੍ਰੈਂਡ ਵੀਲ ਆ ਉੱਥੇ ਜਾਣਾ ਹੈ, ਫਿਰ ਉਹਦੇ ਬਾਅਦ 'ਚੋਂ ਕਸੀਨਾ ਉੱਥੇ ਜਾਣਾ ਹੈ, ਸਭ ਘੁੰਮਾਂਗੇ ਫਿਰਾਂਗੇ। ਵਿਹਨੇ ਹੁਣ ਕਿਤੇ ਕਿਤੇ ਜਾਇਆ ਜਾਂਦਾ ਹੈ, ਹੈ ਨਾ, ਕਿਤੇ ਕੁਛ ਚੀਜ਼ਾਂ ਬੰਦ ਬੁੰਦ ਨਾ ਹੋ ਗਈਆਂ ਹੁਣ। ਬਾਕੀ ਮੌਸਮ ਘੈਂਟ ਹੈ ਇੱਕਦਮ, ਹਜੇ ਤਾਂ ਚਾਨਣ ਚੜਿਆ ਪਿਆ, ਲਾਟਾਂ ਲੁੱਟਾਂ ਜਗੰਡੀਆਂ ਨੇ। ਸਭ ਤੋਂ ਪਹਿਲਾਂ ਚਾਹ ਛਾਹ ਪੀਏ ਕਿਤੋਂ ਲੱਭ ਕੇ, ਤਾਂ ਹੀ ਅੱਖਾਂ ਖੁੱਲੀਆਂ ਹੈ। ਚੱਲ ਆ ਬਾਈ, ਆਪਾਂ ਜਾ ਰਹੇ ਹਾਂ ਜੀ, ਕਿੱਥੇ ਜਾਣ ਦੇ ਆਪਾਂ? ਆਪਾਂ ਚੱਲੇ ਹਾਂ ਮਾਊਂਟ ਰੋਇਲ ਪਾਰਕ, ਅਤੇ ਅਸੀਂ ਆਪਾਂ ਬੋਲਣ ਦੇ ਹਾਂ ਕਿਉਂਕਿ ਪੇੜ ਸੁੱਤੇ ਨੇ, ਪੇੜ ਕਿਤੇ ਜਾਗ ਨਾ ਜਾਣ, ਮੰਮੀ ਕਹਿੰਦੇ ਹੁੰਦੇ ਸੀ ਰਾਤ ਨੂੰ ਪੇੜ ਸੁੱਤੇ ਹੁੰਦੇ ਨੇ, ਅਤੇ ਫਲੈਸ਼ ਲਾਈਟ ਅਸੀਂ ਤਾਂ ਨਹੀਂ ਜਗਾਉਂਦੇ ਕਿਉਂਕਿ ਬੈਟਰੀ ਨਾਲ ਦੋਨੋਂ ਜਗਾਉਂਦੀ, ਓਰੀਜਨਲ ਇੱਕਦਮ ਕੈਪਚਰ ਕਰਨਾ ਰਾਤ ਦਾ ਸੀ। ਆਪਾਂ ਪਹੁੰਚ ਚੱਲੇ ਹਾਂ ਪਹਾੜੀ ਦੀ ਚੋਟੀ 'ਤੇ, ਬਾਕੀ ਤਾਂ ਕਾਲੀ ਜਗਾਰਾ ਭਾਜੀ ਪਹਿਲੀ ਵਾਰ ਆਇਆ ਨਾ ਸਾਡੇ ਨਾਲ, ਬੜੇ ਪਾਗਲ ਪੰਤੀ ਹੋਈ, ਸਾਹਮਣੇ ਵਿਊ ਆ, ਅਸੀਂ ਗਲਤੀ ਨਾਲ ਚੱਲ ਕੇ ਰੱਬ ਲੈ ਆਏ ਹਲਕਾ ਜਿਹਾ, ਇੱਥੋਂ ਇੱਥੋਂ ਆਪਾਂ ਐਨੂੰ ਮੁੜ ਗਏ, ਤੁਸੀਂ ਲੈਫਟ ਲੈ ਗਏ, 2 ਘੰਟੇ ਦੀ ਟ੍ਰੇਨ ਦਾ ਪੂਰਾ ਭਾਰੀ ਐਨੂੰ ਚੱਲ ਗਏ, ਤੁਸੀਂ ਉਹ ਵੀ ਨਹੀਂ ਪੜਿਆ ਸਾਡੇ, ਐਨ ਜਾਓ ਗਲਤੀ ਤੇ ਤੁਸੀਂ, ਮੋਂਟਰੀਅਲ ਸ਼ਹਿਰ ਲੋਕੀ ਸਾਈਕਲਾਂ ਤੇ ਆਉਂਦੇ ਨੇ, ਇਹ ਤੇ ਹੁਣ ਮੇਰੀ ਅੱਖਾਂ ਨੂੰ ਹੀ ਪਤਾ ਹੈ। ਮੋਂਟਰੀਅਲ ਸਿਟੀ ਇੱਥੋਂ ਹੋਣੀ ਸ਼ੁਰੂ ਕਰੋ ਧਾਰੀਵਾਲ ਸਾਹਿਬ ਤੁਸੀਂ, ਤੇ ਥੋੜਾ ਜਿਹਾ ਇਹਦਾ ਜ਼ੂਮ ਵਧਾਓ, ਆ ਜਿਹੜਾ ਨਾ ਆ ਚੀਜ਼ ਕੈਪਚਰ ਕਰਕੇ ਜਿਹੜੇ ਲੋਕ ਘਰ ਬੈਠੇ ਨੇ ਉਹ ਉੱਥੋਂ ਬਹਿ ਕੇ ਮੋਂਟਰੀਅਲ ਦੀ ਸਭ ਤੋਂ ਬੈਸਟ ਬਿਊਟੀ ਵੇਖ ਸਕਦੇ ਨੇ। ਚਲੋ ਜੀ ਥੋੜ੍ਹੀ ਜਿਹੀ ਹੋਰ ਚੱਕ ਦਿਓ, ਘੈਂਟ ਲੱਗ ਰਿਹਾ ਨਾ ਯਾਰ ਬਹੁਤ ਜ਼ਿਆਦਾ। ਮਲੇਸ਼ੀਆ ਵਰਗੀ ਵੀ ਹੈਗੀ ਬਿਲਡਿੰਗ ਹੈ ਨਾ ਯਾਰ, ਇੱਦਾਂ ਹੀ ਥੋੜ੍ਹੀ ਆ, ਮੋਂਟਰੀਅਲ ਦਾ ਨਾਮ ਹੀ ਮਾਊਂਟ ਰੋਇਲ ਤੋਂ ਪਿਆ ਵਾ।
ਤੇ ਇਹ ਪਿੱਛੇ ਸਾਰਾ ਏਰੀਆ ਸੀਗਾ ਮਾਊਂਟ ਰੋਇਲ ਪਾਰਕ ਦਾ, ਥੱਲੇ ਪਾਰਕ ਵੀ ਹੈਗੀ ਹੈ, ਉੱਤੋਂ ਪੂਰੀ ਸਿਟੀ ਦਾ ਵਿਊ ਵੀ ਦਿਖ ਜਾਂਦਾ। ਅਸੀਂ ਘੁੰਮ ਫਿਰ ਕੇ ਹੁਣ ਚੱਲੇ ਹਾਂ, ਮਤਲਬ ਰਾਤ ਨੂੰ ਵੀ ਖੁੱਲ੍ਹਾ ਰਹਿੰਦਾ ਵੇਖੋ 9:30 ਵੀ। ਹੁਣ ਆਪਾਂ ਚੱਲੀਏ ਯਾਰ ਕੁਛ ਖਾਣ ਪੀਣ, ਭੁੱਖ ਲੱਗਣ ਡੀ ਹੈ। ਪਾਰਕਿੰਗ 'ਚ ਰਾਤ ਨੂੰ ਵੀ ਬੜੀਆਂ ਗੱਡੀਆਂ ਨੇ ਬਈ, ਰਾਤ ਨੂੰ ਵੀ ਲੋਕ ਰਾਤ ਨੂੰ ਉੱਡੇ ਨੇ ਸਾਈਕਲਾਂ 'ਤੇ ਘੁੰਮਣ ਉੱਡੇ ਨੇ ਨਾ, ਨੋਰਮਲ ਵਧੀਆ ਮਾਹੌਲ ਹੈ, ਆਰਾਮ ਨਾਲ ਵਧੀਆ ਜੀ ਰੋਟੀ ਖਵਾ ਦੇਵੋ। ਇੱਧਰੋਂ ਵੀ ਗੱਡੀਆਂ ਜਾਣ ਡੀਆਂ ਨੇ, ਇੱਧਰ ਵੀ ਆਪਦਾ ਵਿਊ ਪੁਆਇੰਟ ਹੈਗਾ, ਇੱਧਰੋਂ ਵੀ ਪੂਰਾ ਸਿਟੀ ਦਿਖਣ ਡੀ, ਮਤਲਬ ਉੱਚਾ ਯਾਰ ਇੱਥੋਂ ਹੈਗਾ ਵਾ, ਆਰਾਮ ਨਾਲ ਵੇਖ ਲੈਂਦੇ ਨੇ। ਹੋਰ ਕੀ ਗੱਲ ਹੈ, ਜਿੱਥੇ ਮਰਜ਼ੀ ਗੱਡੀ ਖਿਲਾਰ ਕੇ ਵੇਖ ਲਓ। ਲੈ ਲੈ ਕੈਂਟੀਨ ਪੰਜਾਬ ਥੋੜਾ ਬੱਜ ਗਾ ਜਾ ਹੀ ਨਹੀਂ ਰਹੀ। ਅਤੇ ਅਸੀਂ ਰੋਟੀ ਪਾਣੀ ਛੱਕ ਕੇ ਆਪਣੀ ਜਗ੍ਹਾ 'ਤੇ ਆ ਚੁੱਕੇ ਹਾਂ ਜੀ ਵਾਪਸ। ਬਹੁਤ ਘੈਂਟ ਰੋਟੀ ਸੀਗੀ ਯਾਰ, ਮਜ਼ਾ ਆ ਗਿਆ। ਮਤਲਬ ਮਲਾਈ ਕੋਫਤਾ ਅਤੇ ਆਪਾਂ ਪਨੀਰ ਦੀ ਸਬਜ਼ੀ ਮੰਗਵਾਈ ਸੀ, ਫਿਰ ਰਸ ਮਲਾਈ ਵਗੈਰਾ ਮੰਗਵਾਈ, ਸਭ ਕੁਛ ਖਾਧਾ, ਹੁਣ ਜਾ ਕੇ ਤਸੱਲੀ ਮਿਲੀ। ਰਾਤ 'ਚ ਆਪਾਂ ANW ਖਾਧਾ ਸੀ, ਮਾਸਾ ਮਜ਼ਾ ਨਹੀਂ ਆਇਆ, ਲੇਕਿਨ ਹੁਣ ਔਖੇ ਆ ਕੰਮ, ਪਰ ਹੁਣ ਨੀਂਦ ਬਹੁਤ ਆ ਰਹੀ ਹੈ ਕਿਉਂਕਿ ਰਾਤ ਦੇ 12 ਵੱਜ ਚੁੱਕੇ ਨੇ ਅਤੇ ਆਪਾਂ ਸਵੇਰ ਦੇ 3 ਵਜੇ ਦੇ ਲਗਭਗ ਉੱਠੇ ਹਾਂ, ਅਤੇ ਪੂਰੇ ਰਾਹ 'ਚ ਟਰੈਵਲਿੰਗ ਕਰਦੇ ਘੁੰਮਦੇ ਘੁੰਮਦੇ ਆਏ ਹਾਂ। ਹੁਣ ਇੱਥੇ ਸਾਡੇ ਘੁੰਮਣ ਦੇ ਪਲੈਨ ਸੀਗਾ, ਹੈ ਨਾ, ਅਸੀਂ ਉਹ ਸੋਚਣ ਡੇ ਹਾਂ ਕਿ ਹੁਣ ਚੱਲ ਕੇ ਸੋਈਏ, ਕੱਲ੍ਹ ਘੁੰਮਾਂਗੇ, ਕਿਉਂਕਿ ਜਦੋਂ ਥੱਕੇ ਪਏ ਹਾਂ ਘੁੰਮਣ ਦਾ ਮਜ਼ਾ ਨਹੀਂ ਆਉਣਾ। ਇਸੇ ਦੇ ਨਾਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਕਿਉਂਕਿ ਅੱਗੇ ਫੰਕਸ਼ਨ ਜਿਹੜਾ ਆਉਣ ਵਾਲਾ ਹੈ ਉਹ ਅਗਲੇ ਵਲੋਗ 'ਚ ਆਏਗਾ। ਮਿਲਦੇ ਅਗਲੇ ਵਲੋਗ ਦੇ ਵਿੱਚ, ਟਿਲ ਦੈਨ ਟੇਕ ਕੇਅਰ।